ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਬਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਇੰਦਨ ਨਹੀਂ ਤ੍ਰਾਪੈ। ਬਿਨ ਹਰ ਕਹਾਇਆ ਕਾਈ ਰਹਾਉ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਹੋ ਨਾ ਚੁਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੁਕੈ। ਹਰ ਹਰ ਨਾਮੇ ਆਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨ। ਹਰ ਹਰ ਨਾਮੇ ਆਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਰਡ ਬਾਏ ਅਵਰ ਫਿਫਥ ਗੁਰੂ, ਗੁਰੂ ਅਰਜਨ ਦੇਵ ਜੀ, ਅੰਡਰ ਹੈਡਿੰਗ ਤਨਾਸਰੀ ਫਿਫਥ ਮਹਿਲ। ਗੁਰੂ ਸਾਹਿਬ ਜੀ ਸੇਇੰਗ ਦੈਟ ਦ ਡਿਜ਼ਾਇਰਸ ਆਫ ਦ ਗ੍ਰੇਟੈਸਟ ਆਫ ਦ ਗ੍ਰੇਟ ਕਿੰਗਸ ਐਂਡ ਲੈਂਡ ਲੋਰਡਸ ਕੈਨੋਟ ਬੀ ਸੈਟਿਸਫਾਈਡ, ਦੇ ਰਿਮੇਨ ਐਨਰੋਸਟ ਇਨ ਮਾਇਆ, ਇੰਟੋਕਸੀਕੇਟਡ ਵਿਦ ਦ ਪਲੇਅਰਸ ਆਫ ਦੇਅਰ ਵੈਲਥ, ਦੇਅਰ ਆਈਜ਼ ਸੀ ਨਥਿੰਗ ਐਲਸ ਐਟ ਆਲ, ਨੋ ਵਨ ਹੈਜ਼ ਐਵਰ ਫਾਊਂਡ ਸੈਟਿਸਫੈਕਸ਼ਨ ਇਨ ਸਿਨ ਐਂਡ ਕਰਪਸ਼ਨ, ਦ ਫਲੇਮ ਇਜ਼ ਨਾਟ ਸੈਟਿਸਫਾਈਡ ਬਾਏ ਮੋਰ ਫਿਊਲ, ਹਾਓ ਕੈਨ ਵਨ ਬੀ ਸੈਟਿਸਫਾਈਡ ਵਿਦਆਊਟ ਦ ਲੋਰਡ, ਪਾਜ਼। Day after day he eats his meals with many different foods, but his hunger is not eradicated. He runs around like a dog searching in the four directions. The lustful, lecherous man desires many women, and he never stops peeking into the homes of others. Day after day he commits adultery again and again, and then he regrets his actions. He wastes away in misery and greed.
The name of the Lord Har Har is incomparable and priceless. It is the treasure of ambrosial nectar. The saints abide in peace, bliss, and bliss. O Nanak, through the Guru this is known. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ, ਹੇ ਭਾਈ, ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਕਿਸ ਮਨੁੱਖ ਨੇ ਮਾਇਆ ਵੱਲੋਂ ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਰੱਜ ਨਹੀਂ ਸਕਦਾ। ਠਹਿਰਾਓ। ਹੇ ਭਾਈ, ਦੁਨੀਆਂ ਵਿੱਚ ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਂਦਾਰ ਹਨ, ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿੱਚ ਮਸਤ ਰਹਿੰਦੇ ਹਨ, ਮਾਇਆ ਨਾਲ ਚਿੰਬੜੇ ਰਹਿੰਦੇ ਹਨ। ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ। ਹੇ ਭਾਈ, ਜਿਹੜਾ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ, ਉਸ ਦੀ ਸਵਾਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ। ਸਵਾਦਲੇ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ, ਚਾਰੇ ਪਾਸੇ ਭਾਲਦਾ ਫਿਰਦਾ। ਹੇ ਭਾਈ, ਕਾਮ ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ, ਪਰਾਏ ਘਰ ਵੱਲ ਉਸਦੀ ਮੰਦੀ ਨਿਗਾਹ ਫਿਰ ਵੀ ਨਹੀਂ ਹਟਦੀ। ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਹੈ ਅਤੇ ਪਛਤਾਉਂਦਾ ਵੀ ਹੈ। ਸੋ ਇਸ ਕਾਮ ਵਾਸ਼ਨਾ ਵਿੱਚ ਅਤੇ ਪਛਤਾਵੇ ਵਿੱਚ ਉਸਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ। ਹੇ ਭਾਈ, ਪਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਅਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਕ ਜੀਵਨ ਦਿੰਦਾ ਹੈ। ਇਸ ਨਾਮ ਦੇ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁੱਖ ਆਨੰਦ ਬਣਿਆ ਰਹਿੰਦਾ। ਪਰ ਹੇ ਨਾਨਕ, ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।